ਤਾਂ ਫਿਰ ਅਸੀਂ ਆਪਣੀ ਮਰਜ਼ੀ ਕਰਾਂਗੇ ਅਸੀਂ ਅਗਲਾ ਸਟੈਪ ਚੱਕਾਂਗੇ ਬੋਲੇ ਸੋ ਨਿਹਾਲ ਉਹਦੇ ਚ ਤੁਹਾਡੀ ਜਿੱਤ ਹੋਈ ਹੈ ਸਰਕਾਰ ਪਹਿਲੀ ਵੱਡੀ ਜਿੱਤ ਹੋ ਗਈ ਕਿ ਰਾਤ ਭਗਵੰਤ ਇੱਥੇ ਆਏ ਨਹੀਂ ਹੈ ਕਿ ਅੰਦਰ ਜਾ ਕੇ ਇਕੱਲੀ ਮੀਟਿੰਗ ਹੀ ਸ਼ੁਰੂ ਹੋ ਗਈ ਫਟਾਫਟ ਪਹਿਲਾਂ ਅੱਧਾ ਪੌਣਾ ਘੰਟਾ ਤਾਂ ਇਸ ਗੱਲ ਤੇ ਬਹਿਸ ਹੋਈ ਹੈ ਕਿ ਪਹਿਲਾਂ ਜਿਹੜਾ ਤੁਸੀਂ ਰਾਤ ਬਿਆਨ ਦਿੱਤਾ ਹੈ ਉਹ ਬਿਆਨ ਨੂੰ ਕਲੀਅਰ ਕਰੋ ਤੁਸੀਂ ਬਹੁਤ ਤਰ੍ਹਾਂ ਦੀਆਂ ਗੱਲਾਂ ਕਹੀਆਂ ਇਤਰਾਜ਼ ਜ਼ਾਹਰ ਕੀਤਾ ਕਿ ਸਾਨੂੰ ਐਂ ਆਖਿਆ ਐਂ ਆਖਿਆ ਇੱਕ ਇੱਕ ਗੱਲ ਦੇ ਉੱਤੇ ਜਵਾਬ ਲਿਆ ਮੁੱਖ ਮੰਤਰੀ ਤੋਂ ਪਹਿਲਾਂ ਸਵਾਲ ਇਹ ਹੈ ਫਿਰ ਇਹ ਸੀਗਾ ਕਿ ਇੱਥੇ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਦੇ ਅੰਦਰ ਰੋਸ ਹੈ ਲੋਕਾਂ ਦੇ ਅੰਦਰ ਗੁੱਸਾ ਹੈ ਉਹ ਤਾਂ ਹੀ ਠੀਕ ਹੋਣਾ ਜੇਕਰ ਸਰਕਾਰ ਇੱਥੇ ਆ ਕੇ ਖੁਦ ਲੋਕਾਂ ਦੇ ਵਿੱਚ ਆਪਦੀ ਮੰਗੀਆਂ ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਅਨਾਊਂਸ ਕਰਦੀ ਹੈ ਤਾਂ ਉਹਦੇ ਚੋਂ ਡਿਊਟੀ ਲਾਈ ਗਈ ਹੈ ਪਹਿਲਾਂ ਤੇ ਸਾਡਾ ਤਾਂ ਦਬਾਅ ਇਸ ਗੱਲ ਤੇ ਸੀਗਾ ਕਿ ਭਗਵੰਤ ਮਾਨ ਜੀ ਆ ਪਾਉਣ ਪਰ ਉਹਨਾਂ ਨੇ ਗਵਰਨਰ ਨਾਲ ਮੀਟਿੰਗ ਕਰਨੀ ਸੀ ਇੰਨੀ ਸਾਨੂੰ ਮਹਿਸੂਸ ਹੋ ਗਿਆ ਕਿ ਗਵਰਨਰ ਨਾਲ ਮੀਟਿੰਗ ਵਿੱਚ ਜਾ ਰਹੇ ਹਾਂ ਤਾਂ ਉਹਨਾਂ ਨੇ ਆਪਣੇ ਬਿਹਾਫ ਤੇ ਇਹ ਪੰਚਾਇਤ ਮੰਤਰੀ ਜੀ ਦੀ ਡਿਊਟੀ ਲਾਈ ਹੈ ਇਹ ਆ ਕੇ ਮੇਰਾ ਖਿਆਲ ਹੈ ਪਤਾ ਲੱਗਿਆ ਉਧਰ ਆ ਚੁੱਕੇ ਨੇ ਭਾਈ ਆ ਜਾਓ ਆ ਕੇ ਆਪਣੀ ਗੱਲ ਦੱਸੋ ਰੱਖੋ ਲੋਕਾਂ ਦੇ ਵਿੱਚ ਇਹ ਜ਼ਰੂਰ ਹੈ ਇੱਕ ਨਵਾਂ ਪੰਗਾ ਜਿਹਾ ਖੜਾ ਕਰਨ ਲੱਗਾ ਮੈਂ ਭਈ ਮੰਗਾਂ ਭਾਵੇਂ ਮੰਨ ਲਈਆਂ ਜਿੰਨਾ ਚਿਰ ਮੰਤਰੀ ਕੋਈ ਇੱਥੋਂ ਆ ਕੇ ਅਨਾਊਂਸ ਨਹੀਂ ਕਰਦਾ ਸੀ ਉੱਠਾਂਗੇ ਨਹੀਂ ਲੰਬਾ ਕਰਨਾ ਤੁਹਾਡੀ ਮਰਜ਼ੀ ਹੈ ਤੁਹਾਡੇ ਹੱਥ ਦਾ ਭਾਵੇਂ ਸਵੇਰ ਤੱਕ ਭਾਈ ਰੱਖਿਓ ਤੇ ਭਾਵੇਂ ਹੁਣ ਉਠਾ ਦਿਓ ਇਹ ਤੁਹਾਡੇ ਹੱਥ ਦੀ ਸੋਚ ਤੇ ਪਹਿਲਾਂ ਜਾਗੇ ਠੋਕੇ ਪਹਿਲਾਂ ਜਾਗੇ ਠੋਕੇ ਮਿਹਰਬਾਨੀ ਸ਼ੁਕਰੀਆ ਧੰਨਵਾਦ ਮੇਰੀ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੰਤਰੀ ਜੀ ਨੂੰ ਲੈ ਕੇ ਇੱਥੇ ਸਟੇਜ ਤੇ ਆਉਣ ਇੱਥੇ ਆ ਕੇ ਅਨਾਊਂਸਮੈਂਟ ਕਰਨੀ ਹੈ ਉਹ ਆਪਦੀ ਗੱਲ ਰੱਖਣ ਲੋਕਾਂ ਦੇ ਵਿੱਚ ਅਨਾਊਂਸਮੈਂਟ ਕਰਨ ਲਾਲਾ ਸੋ ਫੈਸਲਾ ਹੋਇਆ ਔਰ ਉਸ ਤੋਂ ਅੱਗੇ ਫੇਰ ਉਹਨੂੰ ਆਪਾਂ ਜੋ ਮੇਰੇ ਕੋਲ ਫਿੱਟ ਕਰ ਲਿਆ ਗੱਲ ਪੂਰੀ ਡਿਟੇਲ ਦੇ ਵਿੱਚ ਉਸ ਤੋਂ ਬਾਅਦ ਮੈਂ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਕਿਹੜੀ ਕਿਹੜੀ ਮੰਗ ਦੇ ਉੱਤੇ ਕੀ ਕਿਵੇਂ ਕਿਵੇਂ ਹੋਇਆ ਸਾਰੀ ਗੱਲ ਦੱਸਾਂਗੇ ਬਹੁਤ ਬਹੁਤ ਧੰਨਵਾਦ ਸਰਕਾਰ ਮਜ਼ਬੂਤ ਹੋਏਗਾ ਜਿੰਦਾਬਾਦ ਮੋਰਚਾ ਜਿੰਦਾਬਾਦ ਸੱਜਤ ਮੋਰਚਾ ਜਿੰਦਾਬਾਦ ਇਹ ਸਨ ਸੂਤ ਖਾਨ ਮੋਰਚੇ ਦੇ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤ ਦੇ ਸਾਹਮਣੇ ਰੱਖੇ ਨੇ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਅਵਤਾਰ ਸਿੰਘ ਜੀ ਮਹਿਮਾ ਸਾਹਿਬ ਉਹ ਦੋ ਚਾਰ ਮਿੰਟ ਵਾਸਤੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨਗੇ ਅਵਤਾਰ ਸਿੰਘ ਜੀ ਮਹਿਮਾ ਸਭ ਤੋਂ ਪਹਿਲਾਂ ਮੋਰਚੇ ਵਿੱਚ ਆਏ ਹੋਏ ਸਾਰੇ ਹੀ ਬਜ਼ੁਰਗ ਕਿਸਾਨ ਨੌਜਵਾਨ ਮਤਾਵਾਂ ਭੈਣਾਂ ਸਭ ਤੋਂ ਪਹਿਲਾਂ ਫਤਿਹ ਬੁਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਵੀਰੋ ਆਗੂ ਸਾਹਿਬਾਨ ਗੱਲ ਰੱਖ ਰਹੇ ਨੇ ਮੈਂ ਸਿਰਫ 2 ਮਿੰਟ ਹੀ ਗੱਲ ਕਰਨੀ ਹੈ ਕਿ ਇੱਕ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਸਵੇਰ ਤੋਂ ਹੀ ਵੀ ਬੇਸ਼ੱਕ ਕਿਸਾਨ ਤਾਂ ਜਿੱਤ ਜਾਣਗੇ ਪਰ ਪੰਜਾਬ ਹਾਰ ਜਾਊਗਾ ਪਾਣੀ ਦੇ ਮਸਲੇ ਤੇ ਗੱਲ ਪਾਣੀ ਦੇ ਮਸਲੇ ਤੇ ਸਭ ਤੋਂ ਜ਼ਿਆਦਾ ਆਪਾਂ ਚਿੰਤਤ ਆ ਤੇ ਕਿਵੇਂ ਕਿਵੇਂ ਪਾਣੀ ਬਚਾਇਆ ਜਾਣਾ ਇਹਦੇ ਤੇ ਵੀ ਸਰਕਾਰ ਨਾਲ ਗੱਲ ਕੀਤੀ ਹੈ ਪਰ ਹੋਇਆ ਕੀ ਹੈ ਇਹ ਕਿਉਂ ਸਰਜਿਆ ਜਾ ਰਿਹਾ ਸਾਰਾ ਕੁਛ ਕਿਉਂ ਤੁਹਾਨੂੰ ਅੰਨ ਦਾਤ ਤੋਂ ਅੱਗ ਦਾ ਤੇ ਪੰਜਾਬ ਦੇ ਵਿਰੋਧੀ ਬਣਾਇਆ ਜਾ ਰਿਹਾ ਮੈਂ ਤੁਹਾਨੂੰ ਇਤਿਹਾਸ ਚ ਲੈ ਕੇ